ਇਹ ਘਟਨਾ ਇਹ ਵਾਪਰੀ ਹੈ ਵੀ ਸ਼ਾਮ ਨੂੰ ਇਹ ਝੋਨਾ ਲਾ ਕੇ ਅਤੇ ਆਪਣੇ ਘਰ ਜਾ ਰਿਹਾ ਸੀਗਾ ਅਤੇ ਆਹ ਜਦੋਂ ਘਰੋਂ ਆਉਂਦਾ ਕਿਤੇ ਇੱਧਰ ਕੋਈ ਕੰਮ ਆਇਆ ਸੀ ਅੱਡੇ ਵੱਲ, ਇਹ ਛੋਟਾ ਅੱਡਾ ਵੱਜਦਾ ਅਤੇ ਇੱਧਰ ਆਇਆ ਸੀ ਅਤੇ ਅੱਗੋਂ ਟਰੈਕਟਰ 9:30 ਦਾ ਤਕਰੀਬਨ 10 ਤੋਂ ਘੱਟ ਟਾਈਮ ਦੱਸਿਆ ਇੱਥੇ ਆਈਡੀਆ ਅਤੇ ਉਹ ਟਰੈਕਟਰ ਵੱਜਿਆ ਵਿੱਚ ਅਤੇ ਟਰੈਕਟਰ ਵਾਲਿਆਂ ਨੇ ਖਿੱਚ ਕੇ ਗੱਡੀ ਖੜੀ ਸੀ ਸਿਲੰਡਰਾਂ ਵਾਲੀ, ਹੁਣ ਵੀ ਖੜੀ ਹੈ, ਉਹਦੇ ਥੱਲੇ ਕਰਤਾ ਅਤੇ ਉਸ ਤੋਂ ਬਾਅਦ ਕਾਫੀ ਸਮੇਂ ਬਾਅਦ ਇੱਥੋਂ ਨੇੜੇ ਦੇ ਘਰਾਂ ਨੇ ਜਾ ਕੇ ਦੱਸਿਆ ਅਤੇ ਫਿਰ ਉਹ ਲਾਸ਼ ਘਰੇ ਲੈ ਗਏ। ਪਤਾ ਲੱਗਿਆ ਕੁਝ ਟਰੈਕਟਰ ਕਿੰਨਾ ਦਾ ਸੀਗਾ? ਨਹੀਂ ਜੀ, ਇਹ ਤਾਂ ਪਤਾ ਇਹ ਬਾਹਰ ਦਾ ਨਹੀਂ, ਪਿੰਡ ਦਾ ਟਰੈਕਟਰ ਹੈ ਅਤੇ ਉਹ ਬੰਦਿਆਂ ਨੇ ਰਾਤੇ ਰਾਤੀ ਕੋਈ ਸੁਬਾਹ ਟਾਈਮ ਨਾਲ ਗੱਲਬਾਤ ਕਰੀ ਵੀ ਹੈਗੀ ਕਿਸੇ ਪਾਸੇ ਅਤੇ ਹਜੇ ਸਾਹਮਣੇ ਨਹੀਂ ਆ ਰਹੀ। ਇਹਨਾਂ ਦੀ ਉਮਰ ਕਿੰਨੀ ਸੀ? ਇਹਨਾਂ ਦੀ ਉਮਰ ਤਕਰੀਬਨ 45 ਸਾਲ। ਕਿੰਨੇ ਬੱਚੇ? ਬੱਚੇ ਇਹਨਾਂ ਦੇ 4 ਆ ਜੀ, 2 ਕੁੜੀਆਂ 2 ਮੁੰਡੇ। ਇੱਕ ਕੁੜੀ ਵਿਆਹੀ ਆ ਜੀ, ਬਾਕੀ ਹਜੇ ਨਹੀਂ ਵਿਆਹੀ। ਸਾਰੀ ਜ਼ਿੰਮੇਵਾਰੀ ਇਹਨਾਂ ਦੀ। ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ, ਕਿਸ ਤਰ੍ਹਾਂ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ? ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਇਹ ਗਰੀਬਾਂ ਨੂੰ ਇਨਸਾਫ ਮਿਲੇ, ਜਿਹੜੇ ਕਾਤਲ ਹੈ ਜਾਣ ਬੁੱਝ ਕੇ ਘਰੇ ਦੱਸਣ ਦੀ ਬਜਾਏ ਉਹਨਾਂ ਨੇ ਇਹ ਗੱਲ ਦੂਜੇ 'ਤੇ ਇਲਜ਼ਾਮ 420 ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਆਪੇ ਗੱਡੀ ਵਾਲੇ ਦੇ ਸਿਰ ਲੱਗੂਗਾ ਅਤੇ ਗੱਡੀ ਵਾਲੇ ਮੁੰਡਿਆਂ ਨੂੰ ਹੁਣ ਬਿਠਾਇਆ ਵਿੱਚ, ਜਿਹੜਾ ਦੱਸਣ ਗਿਆ ਮੁੰਡਾ ਰਿਚੀ ਅਤੇ ਮੇਜਰ ਆ ਗੱਡੀ ਦਾ ਮਾਲਕ, ਉਹਨਾਂ ਨੂੰ ਹੁਣ ਬਿਠਾਈ ਬੈਠੇ ਆ ਵਿੱਚ ਸ਼ੱਕੀ ਤੌਰ 'ਤੇ, ਡਾਊਟ ਕਰਕੇ। ਇਸ ਕਰਕੇ ਅਸੀਂ ਚਾਹੁੰਦੇ ਵੀ ਅਸਲੀ ਜਿਹੜੇ ਬੰਦੇ ਚਿਹਰੇ ਮੂਹਰੇ ਆਉਣ, ਟਰੈਕਟਰ ਮੂਹਰੇ ਆਵੇ ਅਤੇ ਅਸੀਂ ਇਹ ਧਰਨਾ ਮੁਅੱਤਲ ਕਰ ਦਿਆਂਗੇ। ਇਹ ਕਿਹੜੀ ਗੱਡੀ ਥੱਲੇ ਪਾਇਆ ਗਿਆ ਸੀ? ਆਹ ਸਿਲੰਡਰਾਂ ਵਾਲੀ ਗੱਡੀ ਹੈ ਜੀ, ਟਰੱਕ। ਇਹ ਤਕਰੀਬਨ ਇੱਥੇ ਖੜੀ ਹੈ? ਇਹ ਇੱਕ ਹੱਥ ਨੇ ਹੁਣ ਲਾ ਕੇ 6 ਵਜੇ, ਮਤਲਬ 7 ਵਜੇ, 6 ਵਜੇ, 5 ਵਜੇ ਇੱਥੇ ਆ ਜਾਂਦੀ ਹੈ। ਇਸ ਤਰ੍ਹਾਂ ਘਟਨਾ ਨੂੰ ਦੇਖਦੇ ਕੋਈ ਕੈਮਰੇ ਕੁਮਰਿਆਂ ਦੀ ਕੋਈ ਆਈ ਆਪਣੇ? ਕੈਮਰਿਆਂ ਦੇ ਵਿੱਚ ਅੱਗੇ ਪਿੱਛੇ ਦੀ ਗੱਲਬਾਤ ਆਈ ਹੈ ਅਤੇ ਹੋਰ ਕੋਈ ਗੱਲਬਾਤ ਨਹੀਂ ਆਈ। ਜਿਹੜੇ ਮੇਨ ਚੀਜ਼ ਸਾਨੂੰ ਚਾਹੀਦੀ ਹੈ ਵੀ ਉਹ ਸਾਹਮਣੇ ਚਿਹਰੇ ਸੀਗੇ ਜਿਹੜੇ ਜਿਨ੍ਹਾਂ ਨੇ ਖਿੱਚ ਕੇ ਕਰਿਆ ਟਰੱਕ ਦੇ ਥੱਲੇ ਮੁੰਡੇ ਨੂੰ ਮਾਰ ਕੇ, ਉਹ ਚਿਹਰੇ ਨਹੀਂ ਸਾਹਮਣੇ ਹਜੇ, ਅੱਗਾ ਪਿੱਛਾ ਹੋਰ ਕੋਈ ਆ ਗਿਆ ਹੈਗਾ। ਕੀ ਮੰਗ ਕਰਦੇ ਜੀ? ਅਸੀਂ ਮੰਗ ਕਰਦੇ ਹਾਂ ਵੀ ਅਸਲੀ ਚਿਹਰੇ ਜਿਹੜੇ ਉਹ ਲਿਆ ਕੇ ਸਾਹਮਣੇ, ਟਰੈਕਟਰ ਲਿਆ ਕੇ ਅਤੇ ਸਾਨੂੰ ਥਾਣੇ ਵਿਖਾ ਦੇਣ, ਘਰ ਪਰਿਵਾਰ ਨੂੰ ਵਿਖਾਉਣ ਵੀ ਆਹ ਦੇਖੋ ਫੜਦੇ ਅਸੀਂ, ਇਹ ਮੰਨੀ ਬੈਠੇ ਆ ਵੀ ਅਸੀਂ ਮਾਰਿਆ, ਟਰੈਕਟਰ ਸਾਡਾ ਵੱਜਿਆ ਵਿੱਚ ਅਤੇ ਅਸੀਂ ਇਹੀ ਚਾਹੁੰਦੇ ਹਾਂ। ਹਾਂਜੀ, ਇਹ ਧਰਨਾ ਕਦੋਂ ਤੱਕ ਜਾਰੀ? ਉਹਨਾਂ ਤੱਕ ਜਾਰੀ ਰਹੂਗਾ ਜਦ ਤੱਕ ਸਾਡੇ ਅਸਲੀ ਕਾਤ ਕਿਸੇ ਨੂੰ ਊਂ ਇਲਜ਼ਾਮ ਦੇ ਵਿੱਚ ਵੀ ਨਾ ਫੜਿਆ ਜਾਵੇ। ਅਸਲੀ ਕਾਤਲ ਹੈ ਜਿਹੜੇ, ਜਿੰਨੀ ਦੇਰ ਸਾਹਮਣੇ ਨਹੀਂ ਲਿਆਂਦੇ ਜਾਂਦੇ ਤਾਂ ਸਾਨੂੰ ਵਿਸ਼ਵਾਸ ਨਹੀਂ ਹੁੰਦਾ, ਪਰਿਵਾਰ ਨੂੰ ਵਿਸ਼ਵਾਸ ਨਹੀਂ ਹੁੰਦਾ ਵੀ ਇਹ ਕਾਤਲ ਅਸਲੀ ਸਹੀ ਹੈ ਅਤੇ ਉਹ ਬਿਆਨ ਨਹੀਂ ਕਰਦੇ ਵੀ ਅਸੀਂ ਸਾਥੋਂ ਵੱਜ ਗਿਆ ਜੀ ਅਤੇ ਅਸੀਂ ਡਰਦੇ ਮਾਰੇ ਵੀ ਗੱਲ ਲੁਕਾਉਣ ਦੇ ਮਾਰੇ ਗੱਡੀ ਥੱਲੇ ਕਰ ਗਏ ਵੀ ਉਹ ਪਹਿਲਾਂ ਸਿਰ ਲੱਗੂਗਾ, ਇਹ ਗੱਲ ਕਹਿਣ ਤੱਕ ਅਸੀਂ ਉਹਨਾਂ ਤੱਕ ਇਹ ਧਰਨਾ ਜਾਰੀ ਰੱਖਾਂਗੇ। ਪ੍ਰਸ਼ਾਸਨ ਵੱਲੋਂ? ਪ੍ਰਸ਼ਾਸਨ ਕਹਿੰਦਾ ਵੀ 2 ਦਿਨ ਦਾ ਟਾਈਮ ਦਿਓ, ਸਾਨੂੰ ਇਹ ਡਾਊਟ ਹੈ ਵੀ ਪ੍ਰਸ਼ਾਸਨ ਕੋਈ ਗੱਲਬਾਤ ਉੱਧਰ ਉੱਧਰ ਕਰਕੇ ਅਤੇ ਸਾਨੂੰ ਉਲਝਾਊਗਾ, ਇੱਕ ਵਾਰੀ ਸੰਸਕਾਰ ਕਰਾਉਣਾ ਚਾਹੁੰਦੇ ਲਾਸ਼ ਦਾ।